ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਨਸ਼ਾ ਤਸਕਰਾਂ ਦੇ ਖਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਖੰਨਾ ਪੁਲਿਸ ਦੇ ਵੱਲੋਂ ਚੈਕਿੰਗ ਦੇ ਦੌਰਾਨ ਦੋ ਵਿਦੇਸ਼ੀ ਵਿਅਕਤੀਆਂ ਨੂੰ 1 ਕਿਲੋ 500 ਗ੍ਰਾਮ ਹੈਰੋਨ ਸਣੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਦੇ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 750 ਕਰੋੜ ਰੁਪਏ ਦੱਸੀ ਜਾ ਰਹੀ ਹੈ। ਕਾਬੂ ਕੀਤੇ ਗਏ ਦੋਨੇ ਵਿਦੇਸ਼ੀ ਵਿਅਕਤੀਆਂ ਦੇ ਖਿਲਾਫ਼ ਥਾਣਾ ਸਦਰ ਖੰਨਾ ਦੇ ਵਿੱਚ NDPS ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਪੁਲਿਸ ਦੇ ਵੱਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਿਹੜਾ ਜੀ ਮਾਮਲਾ ਹੈਗਾ ਬੇਸਿਕਲੀ ਖੰਨਾ ਪੁਲਿਸ ਵੱਲੋਂ ਦੋ ਨਾਈਜੀਰੀਅਨ ਨੈਸ਼ਨਲ ਜਿਹੜੇ ਹੈਗੇ ਹੈਨਰੀ ਉਚਕੋ ਤੇ ਕ੍ਰਿਸ ਓਬੀਰਾ ਇਹ ਦੋਨੋਂ ਚੈਕਿੰਗ ਦੌਰਾਨ ਫੜੇ ਗਏ ਹਨ। ਜਿਹੜਾ ਆਪਣਾ ਖੰਨਾ ਪੁਲਿਸ ਦਾ ਨਾਕਾ ਲਗਾ ਹੋਇਆ ਸੀ ਕ੍ਰਿਸਟੀਨ ਮਾਲ ਜਿਹੜੀ ਰੋਡ ਦੇ ਉੱਤੇ, ਤਾਂ ਚੈਕਿੰਗ ਤੋਂ ਇਹ ਪਤਾ ਚੱਲਿਆ ਹੈਗਾ ਕਿ ਇੱਕ ਨਾਈਜੀਰੀਅਨ ਕੋਲੋਂ 800 ਗ੍ਰਾਮ, ਦੂਜੇ ਦੇ ਕੋਲੋਂ 700 ਗ੍ਰਾਮ ਹੀਰੋਇਨ ਜਿਹੜੀ ਆ ਬਰਾਮਦ ਹੋਈ ਹੈ। ਟੋਟਲ 1.5 ਕਿਲੋ ਹੀਰੋਇਨ ਬਰਾਮਦ ਹੋਈ ਹੈ ਔਰ ਇਹ ਬੇਸਿਕਲੀ ਹਾਈਵੇ ਤੇ ਟੁਵਰਡਸ ਲੁਧਿਆਣਾ ਸਾਈਡ ਇਹ ਜਾਂਦੇ ਸੀ। ਬਾਕੀ ਇਸ ਤੋਂ ਇਲਾਵਾ ਜਿਹੜਾ ਇਹਦਾ ਪੂਰਾ ਐਕਸਟੈਂਸਿਵ ਸਪਲਾਈ ਨੈਟਵਰਕ ਹੈ ਔਰ ਜੋ ਇਹਨਾਂ ਦੇ ਪੋਸੀਬਲ ਕੰਟੈਕਟਸ ਹੈ ਲੋਕਲ ਲੈਵਲ ਦੇ ਔਰ ਕੋਈ ਇੰਟਰ ਸਟੇਟ ਲੈਵਲ ਦੇ ਹੋਣਗੇ ਜੋ ਵੀ, ਉਹ ਸਾਰੇ ਅਜੇ ਅਸੀਂ ਫਰਦਰ ਇਨਵੈਸਟੀਗੇਟ ਕਰਾਂਗੇ। ਜਿੱਦਾਂ ਕਿ 1.5 ਕਿਲੋ ਦੀ ਹੀਰੋਇਨ ਦੀ ਰਿਕਵਰੀ ਹੋਈ ਹੈ, ਤਾਂ ਅਸੀਂ ਇਸ ਨੂੰ ਇੱਕ ਮੇਜਰ ਡਰੈਗ ਪੈਡਲਰ ਦੇ ਤੌਰ ਤੇ ਇਹਨਾਂ ਨੂੰ ਅਸੀਂ ਟ੍ਰੀਟ ਕਰ ਸਕਦੇ। ਇਹ ਦੋਨੋਂ ਜਿਹੜੇ ਹੈਗੇ ਬੇਸਿਕਲੀ ਦਿੱਲੀ ਦੇ ਰੈਜ਼ੀਡੈਂਟਸ ਹੈ, ਇਹ ਵਿਕਾਸ ਨਗਰ ਦਿੱਲੀ ਦੇ ਵਿੱਚ ਰਹਿੰਦੇ ਹੈ ਔਰ ਇਹ ਦੋਨੋਂ ਇੰਡੀਆ ਦੇ ਵਿੱਚ ਟੂਰਿਸਟ ਵੀਜ਼ਾ ਦੇ ਉੱਤੇ ਆਏ ਹੋਏ ਆ ਔਰ ਇੱਕ ਨਾਈਜੀਰੀਆ ਚ ਲਾਗੋਸ ਏਰੀਆ ਹੈਗਾ ਉਧਰੋਂ ਇਹ ਮਤਲਬ ਇਹ ਮੇਰੇ ਖਿਆਲ ਤੋਂ ਆਪਾਂ ਜੇ ਵੈਰੀਫਾਈ ਕਰਾਂਗੇ ਐਗਜੈਕਟਲੀ ਕੀ ਕੰਮ ਕਰਦੇ ਆ, ਬਟ ਟੂਰਿਸਟ ਵੀਜ਼ਾ ਦੇ ਉੱਤੇ ਦੋਨੋਂ ਆਏ ਹੋਏ। ਵੀਜ਼ਾ ਡਾਕੂਮੈਂਟ ਅਸੀਂ ਐਗਜ਼ਾਮਿਨ ਕਰਾਂਗੇ, ਬਟ ਆਈ ਥਿੰਕ ਜੇ ਸਟੂਡੈਂਟਸ ਤਾਂ ਆਈ ਥਿੰਕ ਨਹੀਂ ਹੈਗੇ ਕਿ ਸਟੂਡੈਂਟ ਵੀਜ਼ਾ ਨਹੀਂ ਹੈ ਇਹਨਾਂ ਕੋਲ ਟੂਰਿਸਟ ਵੀਜ਼ਾ ਹੈ। ਸਪਲਾਈ ਟੂਵਰਡ ਲੁਧਿਆਣਾ ਸਾਈਡ ਜਾ ਰਹੇ ਸੀ, ਅੱਗੇ ਐਗਜੈਕਟਲੀ ਕਿੱਥੇ ਜਾਣਾ ਸੀ ਉਹ ਫਰਦਰ ਇਨਵੈਸਟੀਗੇਸ਼ਨ ਦਾ ਪਾਰਟ ਹੈ, ਬਟ ਡੈਫੀਨੇਟਲੀ ਜਿਹੜੀ ਆਪਣੀ ਸਿੱਧੀ ਜੀ ਟੀ ਰੋਡ ਲੁਧਿਆਣਾ ਨੂੰ ਨਿਕਲ ਜਾਂਦੀ ਹੈ ਉਸ ਸਾਈਡ ਜਾ ਰਹੇ ਸੀ। ਸਰ ਪਹਿਲਾਂ ਵੀ ਕਈ ਨਾਈਜੀਰੀਅਨ ਫੜੇ ਗਏ ਨੇ, ਉਹਨਾਂ ਨਾਲ ਲਿੰਕ ਹੈ ਕੋਈ? ਲਿੰਕਸ ਜੀ ਪੋਸੀਬਲ ਹੋ ਵੀ ਸਕਦੇ ਆ। ਇਹਦੇ ਵਿੱਚ ਇਹ ਹੁੰਦਾ ਕਿ ਅਸੀਂ ਹਰੇਕ ਨਾਈਜੀਰੀਅਨ ਨੂੰ ਫੜ ਕੇ ਉਸਦੀ ਪੂਰੀ ਇਨਵੈਸਟੀਗੇਸ਼ਨ ਕਰਦੇ ਆ ਨੈਟਵਰਕਸ ਦੀ। ਇਸ ਸਟੇਜ ਤੇ ਅਸੀਂ ਨਹੀਂ ਕਹਿ ਸਕਦੇ, ਬਟ ਇੰਨਾ ਜ਼ਰੂਰ ਕਹਿ ਸਕਦੇ ਆ ਕਿ ਇਹਨਾਂ ਦੇ ਐਕਸਟੈਂਸਿਵ ਜਿਹੜੇ ਨੈਟਵਰਕ ਔਰ ਲਿੰਕਸ ਹੈ ਉਹ ਲੋਕਲ ਲੈਵਲ ਔਰ ਪੰਜਾਬ ਲੈਵਲ ਦੇ ਵੀ ਜ਼ਰੂਰ ਨਿਕਲਣਗੇ, ਕਿਉਂਕਿ ਜਿੱਦਾਂ ਦੀ ਅਮਾਊਂਟ ਬਹੁਤ ਵੱਡੀ ਅਮਾਊਂਟ ਹੈ 1.5 ਕਿਲੋ, ਤੇ ਇਸ ਕਰਕੇ ਉਹ ਅਸੀਂ ਸਾਰਾ ਅਸੀਂ ਫਰਦਰ ਇਨਵੈਸਟੀਗੇਟ ਕਰ। ਖੰਨਾ ਤੋਂ ਸੰਜੇ ਸੈਣੀ ਦੀ ਰਿਪੋਰਟ।